ਐਗਰੀਜ਼ੋਨ ਨਾਲ ਜੁੜਨ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ? ਇੱਕ ਹੁੰਦਾ ਨਾ ਉਤਸ਼ਾਹ ਵੱਧ ਜਾਂਦਾ ਕੋਈ ਮਸ਼ੀਨਰੀ ਲੈਣ ਤੋਂ ਬਾਅਦ, ਤਾਂ ਕੋਈ ਮਸ਼ੀਨ ਲੈਣ ਤੋਂ ਬਾਅਦ ਦਿਲ ਟੁੱਟ ਜਾਂਦਾ ਕਿ ਯਾਰ ਗਲਤ ਡਿਸੀਜਨ ਲਿਆ ਗਿਆ। ਉਹ ਕਿਸ ਤਰ੍ਹਾਂ ਦਾ ਉਤਸ਼ਾਹ ਫੀਲ ਕਰ ਰਹੇ ਹੋ? ਸਾਡੀ ਇੱਕ ਸਲਾਹ ਹੋਰ ਹੈਗੀ ਜੀ, ਲੈਣ ਦੀ 9 ਫੁੱਟ ਸੁਪਰ ਸੀਡਰ ਤੁਸੀਂ ਹੋਰ ਲੈਣ ਦੀ ਸੋਚ ਰਹੇ ਹੋ, ਕਿੰਨੇ ਸਾਈਜ਼ ਦਾ ਲੈਣ ਦੀ ਸੋਚ ਰਹੇ ਹੋ? ਸਲਾਹ ਤਾਂ 9 ਫੁੱਟ ਆਈ। ਵੈਰੀ ਗੁੱਡ ਜੀ, ਬਹੁਤ ਵਧੀਆ। ਅਤੇ ਤੁਸੀਂ ਸੁਪਰ ਸੀਡਰ ਲਿਆ ਇੱਕ ਜਸਟ ਬਿਜਾਈ ਕਰਨ ਦੇ ਲਈ, ਤੁਹਾਨੂੰ ਐਕਸਟਰਾ ਬੈਨੀਫਿਟ ਕੀ ਹੋ ਗਿਆ ਉਹਦੇ ਨਾਲ? ਸਾਨੂੰ ਦੋਨੇ ਚੀਜ਼ਾਂ ਦਾ ਕੰਮ ਦਿੰਦਾ ਜੀ, ਰੋਟਾਵੀਟਰ ਦਾ ਵੀ ਕੰਮ ਦਿੰਦਾ ਜੀ ਅਤੇ ਸੁਪਰ ਹੀਟਰ ਦਾ ਕੰਮ ਦਿੰਦਾ। ਅੱਛਾ, ਕਿਉਂਕਿ ਆਪਣਾ ਡਿਟੈਚੇਬਲ ਹੈ ਰੋਟਾਵੀਟਰ, ਬੜੀ ਜਲਦੀ ਉਹਦਾ ਈਜ਼ੀਲੀ ਬਣ ਜਾਂਦਾ। ਹਾਂਜੀ, ਕਈ ਕੰਪਨੀਆਂ ਦੇ ਸੁਪਰ ਹੀਟਰ ਨੇ, ਉਹਨਾਂ ਦਾ ਰੋਟਾਵੀਟਰ ਕਨਵਰਟੇਬਲ ਨਹੀਂ ਹੁੰਦਾ, ਉਹ ਸਿਰਫ ਸੁਪਰ ਹੀਟਰ ਦੇ ਕੰਮ ਕਰਦੇ ਨੇ। ਸੋ ਉਹ ਇਹਨਾਂ ਨੂੰ ਇੱਕ ਅਨਐਕਸਪੈਕਟਡ ਬੈਨੀਫਿਟ ਹੋਇਆ ਕਿ ਜੋ ਸੋਚਿਆ ਨਹੀਂ ਸੀ ਕਿ ਅਸੀਂ ਰੋਟਾਵੀਟਰ ਦਾ ਕੰਮ ਵੀ ਲੈ ਸਕਦੇ ਹਾਂ।